रविंदर सिंह जी के पिछलियां जिहड़ियां इलैक्शन हुण एमसी दियां होईयां ने पिछले दिन उस विच कांग्रेस की तकीशाही के बावजूद उन्हां दी गुंडागर्दी के बावजूद पुलिस और प्रशासन द्वारा हाकम धिर के एजेंट के तौर पर काम करने के बावजूद साढ़े पंजाब 67 एमसी जीत के आए ने। एक बार उन्हां सारयां दे लई जोरदार तालियां। दोस्तों इन्हां विपरीत हालातों के एक एमसी जिहड़ा तुहाडा ਉਹ 20-20 ਦੇ ਬਰਾਬਰ 20-20 ਦੇ ਬਰਾਬਰ ਹੈ ਅਤੇ ਅੱਜ ਰਾਜਪੁਰੇ ਤੋਂ ਸਾਡੇ ਜਿਹੜੇ ਐਮ ਸੀ ਜਿੱਤੇ ਨੇ ਐਡਵੋਕੇਟ ਸਾਹਿਬ ਐਡਵੋਕੇਟ ਰਵਿੰਦਰ ਸਿੰਘ ਜੀ ਸਾਡੇ ਵਿਚਾਰ ਇੱਥੇ ਹੈਗੇ ਨੇ ਅਤੇ ਮੈਂ ਬੇਨਤੀ ਕਰਾਂਗਾ ਕਿ ਥੋੜ੍ਹਾ ਜਿਹਾ ਜਿਹੜੀ ਉਹਨਾਂ ਦੀ ਜਦੋਜਹਿਦ ਸੀ ਉਸ ਬਾਰੇ ਵੀ ਅਤੇ ਫਿਰ ਅੱਗੇ 21 ਤਰੀਕ ਦਾ ਜਿਹੜਾ ਸਾਡਾ ਪ੍ਰੋਗਰਾਮ ਹੈਗਾ ਦੋਨਾਂ 'ਤੇ अपने विचार से। बहुत बहुत धन्यवाद साहब, आम आदमी पार्टी की समुची लीडरशिप परसर साहब मीना मैम अभी जिला प्रधान मेघचंद जी जसबीर गांधी जी जिन्होंने नाम मैं नहीं भी बता रहा उन्होंने सारे ही मेरे वालों निजी के प्यार भरी सत श्रीकाल। सारे ही आम आदमी पार्टी की रीढ़ की हड्डी वॉलंटियर साहबान को मेरे वालों प्यार भरी सत श्रीकाल। ਕੀ ਨਾਮ ਹੈ ਜੀ? ਮੈਂ ਜੀ ਬੇਗਚੰਦ ਸ਼ੇਰਵਾਲਾ, ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਪਟਿਆਲਾ ਦਿਹਾਤੀ। ਔਰ ਅੱਜ ਦਾ ਸਾਡਾ ਜਿਹੜਾ ਇਹ ਫੰਕਸ਼ਨ ਹੈ ਇਹ ਜ਼ਿਲ੍ਹੇ ਦੇ ਉੱਤੇ ਹੈ, ਪਟਿਆਲੇ ਜ਼ਿਲ੍ਹੇ ਦਾ ਹੋ ਰਿਹਾ ਸਾਰੇ ਦਾ। ਸਾਰੇ ਜ਼ਿਲ੍ਹੇ ਦੇ ਵਿੱਚ ਸਾਰਿਆਂ ਨੂੰ ਜਿਹੜੀਆਂ ਸਾਡੀਆਂ 21 ਮਾਰਚ ਦੀਆਂ ਤਿਆਰੀਆਂ ਨੇ ਆਪਣੇ ਬਾਘਾ ਪੁਰਾਣਾ ਦੀਆਂ, ਜਿੱਥੇ ਸਾਡੇ ਪੰਜਾਬ ਦੇ ਵਿੱਚ CM ਕੇਜਰੀਵਾਲ ਸਾਹਿਬ ਦਿੱਲੀ ਤੋਂ ਆ ਰਹੇ ਨੇ ਔਰ ਉਹਨਾਂ ਦੀਆਂ ਵੱਧ ਤੋਂ ਵੱਧ ਇੱਥੇ ਸਾਡੀਆਂ ਤਿਆਰੀਆਂ ਹੋ ਰਹੀਆਂ ਨੇ, ਵੱਧ ਤੋਂ ਵੱਧ ਇਕੱਠ ਕਰਾਂਗੇ ਸਾਰੇ ਪੰਜਾਬ ਦੇ ਵਿੱਚੋਂ। ਅਸੀਂ ਇਹ ਕਰਨ ਵਾਸਤੇ ਅੱਜ ਪਟਿਆਲੇ ਦੇ ਵਿੱਚ ਸਾਡਾ ਇਹ ਮੀਟਿੰਗ ਚੱਲ ਰਹੀ ਹੈ, ਜਿਹਦੇ 'ਚ ਕਿ ਅਸੀਂ ਸਾਰੀ ਪਲੈਨਿੰਗ ਕਰ ਰਹੇ ਹਾਂ ਬੱਸਾਂ ਦੀ, ਵੀ ਕਿੰਨੀਆਂ ਬੱਸਾਂ ਲੈ ਕੇ ਜਾਈਆਂ ਜਾਣਗੀਆਂ, ਕਿੰਨੇ ਹੋਰਡਿੰਗ ਲਾਏ ਜਾਣਗੇ, ਕਿੰਨੇ ਪੋਸਟਰ ਲਾਏ ਜਾਣਗੇ, ਕਿੰਨੇ ਅਸੀਂ ਆਟੋ ਰਿਕਸ਼ਾ ਕਰਾਂਗੇ ਔਰ ਜਿਹੜੇ ਲੋਕਲ ਦੇ ਵਿੱਚ ਇੱਥੇ ਆਪਣੇ ਲੋਕਾਂ ਨੂੰ ਜਾਣ ਵਾਸਤੇ ਕਹਿਣਗੇ, ਅਤੇ ਇਹ ਸਾਰਾ ਸਿਸਟਮ ਕਰਨ ਵਾਸਤੇ ਅੱਜ ਸਾਡੀ ਇੱਥੇ ਮੀਟਿੰਗ ਹੋ ਰਹੀ। ਕਿੰਨੇ ਕੁ ਵਜੇ ਸਮਾਂ, ਕਿੰਨੇ ਕੁ ਵਜੇ ਪਹੁੰਚਣਗੇ? ਅਸੀਂ 21 ਮਾਰਚ ਨੂੰ ਪਹੁੰਚਣਾ ਜੀ ਪਟਿਆਲੇ ਦੇ ਵਿੱਚੋਂ। ਸਾਡਾ ਟਾਰਗੇਟ ਹੈ ਕਿ ਪਟਿਆਲੇ ਦੇ ਵਿੱਚੋਂ ਅਸੀਂ ਹਰ ਇੱਕ ਕੌਂਸਟੀਚੁਐਂਸੀ ਤੋਂ, ਜਿੰਨੀਆਂ ਵੀ ਸਾਡੀਆਂ ਵਿਧਾਨ ਸਭਾ ਨੇ, 8 ਵਿਧਾਨ ਸਭਾ ਨੇ ਪਟਿਆਲੇ 'ਚ, ਹਰ ਇੱਕ ਵਿਧਾਨ ਸਭਾ 'ਚੋਂ ਅਸੀਂ ਘੱਟੋ ਘੱਟ 2 ਤੋਂ 2.5 ਹਜ਼ਾਰ ਬੰਦਾ ਲੈ ਕੇ ਉੱਥੇ ਪਹੁੰਚਣਾ। ਉੱਥੇ ਕੇਜਰੀਵਾਲ ਸਾਹਿਬ ਨੇ ਕਿੰਨੇ ਵਜੇ ਪਹੁੰਚਣਾ, ਕੋਈ ਸਮਾਂ? ਕੇਜਰੀਵਾਲ ਸਾਹਿਬ ਦਾ ਟਾਈਮ ਸਾਨੂੰ ਉੱਥੇ 1 ਵਜੇ ਦਾ ਦਿੱਤਾ, 1:30 ਵਜੇ ਦਾ, ਵੀ ਉਹਦੇ ਵਿੱਚ ਪਹੁੰਚਣਾ। ਅਸੀਂ ਇੱਥੋਂ ਸਵੇਰੇ ਚੱਲਾਂਗੇ ਔਰ 2-2.5 ਹਜ਼ਾਰ ਬੰਦੇ ਦਾ ਜਿਹੜਾ ਟਾਰਗੇਟ ਹੈ ਅਸੀਂ ਉਹਨੂੰ ਬਿਲਕੁਲ ਪੂਰਾ ਕਰਾਂਗੇ ਔਰ ਇਸ ਤੋਂ ਵੀ ਵੱਧ ਬੰਦੇ ਲੈ ਕੇ ਜਾਵਾਂਗੇ। ਪਰ ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਕਰੋਨਾ ਦੀ ਲੈ ਕੇ ਅਧਿਆਤ ਰੱਖਣ ਨੂੰ ਕਿਹਾ, ਜਿਹੜੀਆਂ ਦੇਖੋ ਜੀ ਜਿਹੜਾ ਪੰਜਾਬ ਸਰਕਾਰ ਨੇ ਹੁਣ ਇਹ ਕਰੋਨਾ ਦਾ ਪਾਇਆ, ਇਹ ਬਿਲਕੁਲ ਪੰਜਾਬ ਸਰਕਾਰ ਨੂੰ ਪਤਾ ਸੀ। ਉਸ ਦਿਨ ਲੱਖੇ ਸਿਧਾਣੇ ਦੀ ਰੈਲੀ ਹੋਈ ਸੀ, ਉਸ ਤੋਂ ਵੀ ਪੰਜਾਬ ਸਰਕਾਰ ਡਰੀ ਸੀ। ਉਸ ਤੋਂ ਬਾਅਦ ਉਸੇ ਦਿਨ ਸਾਡੀ ਅਨਾਊਂਸਮੈਂਟ ਹੋ ਗਈ ਸੀ ਕਿ ਅਸੀਂ ਬਾਘੇ ਪੁਰਾਣੇ ਇਹ ਕਿਸਾਨ ਮਹਾਰੈਲੀ ਕਰਨ ਚੱਲੇ ਹਾਂ। ਪੰਜਾਬ ਸਰਕਾਰ ਨੇ ਡਰਦੇ ਮਾਰੇ ਇਹ ਸਾਰਾ ਕੁਝ ਕੀਤਾ ਔਰ ਪੰਜਾਬ ਸਰਕਾਰ ਦੀਆਂ ਚਾਲਾਂ ਨੇ ਕਿ ਅਸੀਂ ਇਹ ਫੰਕਸ਼ਨ ਹੋਣ ਨਹੀਂ ਦੇਣਾ, ਪਰ ਅਸੀਂ ਇਹ ਫੰਕਸ਼ਨ ਕਰਨਾ ਹੀ ਕਰਨਾ, ਹਰ ਹਾਲਤ 'ਚ ਕਰਨਾ। ਅੱਜ ਇੱਥੇ ਵਿਸ਼ੇਸ਼ ਤੌਰ 'ਤੇ ਕੌਣ ਪਹੁੰਚ ਰਿਹਾ? ਸਾਡੇ ਕੋਲ ਜੀ ਵਿਸ਼ੇਸ਼ ਤੌਰ 'ਤੇ ਇੱਥੇ ਸਾਡੇ ਪੰਜਾਬ ਦੇ ਜਿਹੜੇ ਸੰਗਠਨ ਕਰਤਾ ਨੇ, ਡਾਕਟਰ ਸੰਦੀਪ ਪਾਠਕ ਜੀ ਉਹ ਆ ਰਹੇ ਨੇ, ਉਹਨਾਂ ਦੀ ਟੀਮ ਆ ਰਹੀ ਹੈ। ਉਹਨਾਂ ਤੋਂ ਪਹਿਲਾਂ ਆਮ ਅਸੀਂ ਉਹਨਾਂ ਦੇ ਆਉਣ ਤੋਂ ਪਹਿਲਾਂ ਜਿਹੜੀਆਂ ਤਿਆਰੀਆਂ ਨੇ ਤਕਰੀਬਨ ਅਸੀਂ ਮੁਕੰਮਲ ਕਰਕੇ ਬੈਠੇ ਹਾਂ, ਉਹਨਾਂ ਨੂੰ ਅਸੀਂ ਇਹ ਲਿਸਟਾਂ ਦੇਣੀਆਂ ਨੇ ਕਿ ਅਸੀਂ ਕੌਣ ਕੌਣ ਕਿੰਨੀਆਂ ਕਿੰਨੀਆਂ ਬੱਸਾਂ ਲੈ ਕੇ ਜਾ ਰਹੇ ਹਾਂ ਅਤੇ ਕਿਸ ਤਰ੍ਹਾਂ ਸਾਡਾ ਸਾਰਾ ਸਿਸਟਮ ਹੈ ਉਹ ਸਾਡਾ ਬਣਿਆ ਹੋਇਆ ਤਿਆਰ ਹੈ। ਨਹੀਂ, ਸਾਡੀ ਇਹ ਪਟਿਆਲੇ ਦੀ ਟੀਮ ਹੈ, ਪਟਿਆਲੇ ਜ਼ਿਲ੍ਹੇ ਦੀ ਹੈ, ਜਿਹਦੇ ਵਿੱਚ ਪਟਿਆਲਾ ਸ਼ਹਿਰੀ ਤੋਂ ਗਾਂਧੀ ਜੀ ਨੇ, ਪਟਿਆਲਾ ਦਿਹਾਤੀ ਤੋਂ ਮੈਂ ਦੇਖ ਰਿਹਾ। ਅਸੀਂ ਸਾਰੀਆਂ ਟੀਮਾਂ ਇਹ ਇਕੱਠੀਆਂ ਕਰਕੇ ਅਸੀਂ ਆਪਣੇ ਜਿੰਨੇ ਬੰਦੇ ਵੱਧ ਤੋਂ ਵੱਧ ਉੱਥੇ ਲੈ ਕੇ ਜਾਣੇ ਅਸੀਂ ਪਹੁੰਚਾ। ਕੀ ਕਾਰਨ ਹੈ ਜੀ ਹਰੇਕ ਵਾਰੀ ਤੋਂ ਜਿਹੜੇ ਆਗੂ ਆਉਂਦੇ ਨੇ ਉਹ ਦੇਰ ਲਗਾਉਂਦੇ ਨੇ? ਨਹੀਂ ਨਹੀਂ, ਦੇਰ ਦੀ ਗੱਲ ਨਹੀਂ ਹੈ ਜੀ, ਸਾਡੀਆਂ ਜਿਹੜੀਆਂ ਮੀਟਿੰਗਾਂ ਨੇ, ਅਸੀਂ ਕੋਈ ਲੀਡਰਾਂ ਵਾਲੀਆਂ ਮੀਟਿੰਗਾਂ ਨਹੀਂ ਹੁੰਦੀਆਂ, ਸਾਡੇ ਤਾਂ ਇੱਕ ਆਮ ਸਾਥੀ ਹਾਂ ਅਸੀਂ। ਸਾਡੇ ਸਾਥੀ
की करते हैं वो रोक भी लेंगे ने कोई चाह भी कह लग जाता है कोई बैठ के गल्ला कर लग जाता है साडा लेट वाला कोई यह जी नहीं मीटिंग का साडा कोई इन्ना फिक्स टाइम भी नहीं सी क्योंकि इन्ना साडी कोई रैली नहीं है कुछ नहीं है असी तो आपस बैठ के सलाह करनी सी तुहाडे वल्लों मैसेज आया है कि 2 बजे दा टाइम है ते कल तक कोई आ रहा है। देखो जी मैं उही तुहानू गल पहला दस के हटिया भी साडा कोई कोई रैली वाला काम नहीं है असी कोई इहदे च पब्लिक नहीं सद्दी होई असी तो आम अपने वलंटियर ने उन्होंने बैठ के सलाह करते मीडिया नू बुलाया सी जी कहा सी ठीक है कुदरती लेट हो भी जाते हैं कोई इन्नी वड्डी गल नहीं है कोई ये कोई माइंड करने वाली गल नहीं है तुम्हें पहले ही दस्या कि साड़ी पार्टी कोई बड़े लीडर वाली पार्टी नहीं है जिथे कि जो दस कारा चलदियां ने 20 कारा चलदियां असी तो आम लोग हाँ आम लोगों च रहन वाले तो आम लोग जिथे साड़ी बांह फड़ के रोक लेंगे असं रोक लेने असं उत्थे 10 मिनट भी ला दें असं उत्थे 20 मिनट भी ला देने सर तुम कहते हो भी एक आम इंसान आ पर एक राजनीतिक पार्टी है नहीं राजनीतिक पार्टी है जी ये आम आदमी पार्टी की पार्टी है जिहड़ी कि एक संघर्ष चो उठी है आम लोगों के संघर्ष चो पार्टी आई है ये देखो कोई लीडर बड़े सरमाएदारा की पार्टी नहीं है लेकिन असी आम लोगों की मदद करने वाली जिहड़ी पार्टी है जिन्हें सारे अपने हिंदुस्तान दे विच जां पंजाब दे विच जिवें साडा असी पंजाब बारे कह सकदे पंजाब च कर रहे हैं सारे पंजाबी दे भले लई आम आदमी पार्टी बनी है जिहड़ा कि करन लई तत्पर है और करूगी। ਬੱਗਾਪੁਰਾ ਜਿਹੜੀ ਤੁਹਾਡੀ ਕਾਨਫਰੰਸ ਹੋਣੀ ਹੈ ਤੇ ਜਿੰਨੇ ਵਲੰਟੀਅਰਸ ਤੁਹਾਡੇ ਜਾਣਗੇ ਜਿਹੜੇ ਉਹਨਾਂ ਨੂੰ ਕਰੋਨਾ ਦੀਆਂ ਹਦਾਇਤਾਂ ਨੂੰ ਲੈ ਕੇ ਕੀ ਮਤਲਬ ਦੇਖੋ ਜੀ ਕਰੋਨਾ ਦੀਆਂ ਹਦਾਇਤਾਂ ਦੀ ਪਾਲਣਾ ਕਰਾਵਾਂਗੇ ਜਿਸ ਤਰ੍ਹਾਂ ਮਾਸਕ ਵੀ ਲਾਉਣਾ ਦੂਰੀ ਵੀ ਜਣੀ ਹੈ ਉਹ ਸਾਰਾ ਅਸੀਂ ਪਾਲਣ ਕਰਾਂਗੇ।